जिन्ने भी लोग जिहड़े इंसानियत नूं प्यार करदे आ ਉਹ ਮੈਂ ਇਸ ਵੀਡੀਓ ਰਾਹੀਂ ਤੁਹਾਨੂੰ ਜਿਹੜਾ ਪੁੱਛਣਾ ਚਾਹੁੰਦਾ ਕਿ ਇਸ ਜਿਹੜੇ ਆ ਸ਼ਖਸ਼ ਦਾ ਜਿਹੜਾ ਸਾਨੂੰ ਜਿਹੜਾ ਪਤਾ ਦਿੱਤਾ ਜਾਵੇ ਵਾਲਮੀਕੀ ਐਕਸ਼ਨ ਫੋਰਸ ਜਿਹੜੀ ਪੰਜਾਬ ਇਸ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕਰਾਊਗਾ ਕਿਉਂਕਿ ਇਸ ਨੇ ਜਿਹੜਾ ਇੱਕ ਕੁੱਤੇ ਦਾ ਜਿਹੜਾ ਕਤਲ ਕੀਤਾ ਆ ਔਰ ਇਸ ਘਟਨਾ ਬਾਰੇ ਜਿਹੜੀ ਜਾਣਕਾਰੀ ਆ ਉਹ ਸਾਡੇ ਜਿਹੜੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਦਿਓ ਸਾਡਾ ਨੰਬਰ ਹੈਗਾ 9780312392। ਸੋ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਸੰਵਿਧਾਨ ਦਾਇਰੇ ਦੇ ਵਿੱਚ ਰਹਿ ਕੇ ਜਿੱਥੇ ਇਨਸਾਨ ਕੋਈ ਗਲਤੀ ਕਰਦਾ ਆ ਕੋਈ ਕਤਲ ਕਰਦਾ ਆ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ ਚਾਹੇ ਉਹ ਕਿਸੇ ਦਾ ਵੀ ਹੋਵੇ। जय भीम जय पार्थ जय गुरुदेव धन गुरुदेव। अज इंसानियत नूं शर्मसार करदी एक घटना सोशल मीडिया दे उत्ते देखी गई ਜਿੱਥੇ ਅਸੀਂ ਜਾਨਵਰਾਂ ਨੂੰ ਇਨਸਾਨਾਂ ਦਾ ਜਿਹੜਾ ਵਫ਼ਾਦਾਰ ਮੰਨਦੇ ਹਾਂ ਇੱਕ ਬੇਜਵਾਨ ਕੁੱਤੇ ਦੇ ਨਾਲ ਜਿਹੜਾ ਵਿਹਾਰ ਕੀਤਾ ਇੱਕ ਮਨੁੱਖ ਦੇ ਵੱਲੋਂ ਔਰ ਬੜੀ ਮੰਦਭਾਗੀ ਘਟਨਾ ਆ। ਵਾਲਮੀਕੀ ਐਕਸ਼ਨ ਫੋਰਸ ਇਸ ਘਟਨਾ ਦੀ ਜਿਹੜੀ ਤਿੱਖੇ ਸ਼ਬਦਾਂ ਦੇ ਵਿੱਚ ਜਿੱਥੇ ਨਿਖੇਧੀ ਕਰਦੀ ਹੈ ਉੱਥੇ ਸਰਵ ਸਮਾਜ ਨੂੰ ਬੇਨਤੀ ਕਰਦੀ ਹੈ ਕਿ ਇਹ ਘਟਨਾ ਜਿਹੜੀ ਪੰਜਾਬ ਦੀ ਲੱਗਦੀ ਹੈ ਔਰ ਉਸ ਵਿਅਕਤੀ ਦੇ ਵੱਲੋਂ ਇੱਕ ਜਿਹੜਾ ਹਲਾਂ ਦੇ ਨਾਲ ਜਿਹੜਾ ਤਵੀਆਂ ਕਹਿ ਦਿੰਦੇ ਆ ਤਵੀਆਂ ਦੇ ਨਾਲ ਜਿਹੜਾ ਬੰਨ੍ਹ ਕੇ ਉਸ ਕੁੱਤੇ ਨੂੰ ਜਿਹੜਾ ਆ ਲਾਠੀ ਦੇ ਨਾਲ ਕੁੱਟਿਆ ਗਿਆ ਔਰ ਲਾਠੀ ਦੇ ਉੱਤੇ ਇੱਕ ਤੇਜ਼ ਧਾਰ ਜਿਹੜੀ ਆ ਇਹ ਲੱਗੀ ਹੋਈ ਸੀਗੀ ਇੱਕ ਸੂਆ ਉਸ ਦੇ ਨਾਲ ਜਿਹੜਾ ਆ ਉਹਦਾ ਜਿਹੜਾ ਕਤਲ ਕੀਤਾ ਗਿਆ ਔਰ ਇਹ ਮੰਦਭਾਗੀ ਘਟਨਾ ਜਿਹੜੀ ਆ ਇਹ ਅੱਜ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ ਜਿੱਥੇ ਕਿ ਅਸੀਂ ਇਨਸਾਨ ਮੰਨਦੇ ਹਾਂ ਕਿ ਜਾਨਵਰ ਜਿਹੜੇ ਆ ਵਫ਼ਾਦਾਰ ਆ ਪਰ ਅੱਜ ਉਸ ਇਨਸਾਨ ਨੇ ਜਾਨਵਰਾਂ ਪ੍ਰਤੀ ਜਿਹੜੀ ਆਪਣੀ ਵਫ਼ਾਦਾਰੀ ਦਿਖਾਈ ਆ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ। ਜਿੰਨੇ ਵੀ ਲੋਕ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਆ ਉਹ ਮੈਂ ਇਸ ਵੀਡੀਓ ਰਾਹੀਂ ਤੁਹਾਨੂੰ ਜਿਹੜਾ ਪੁੱਛਣਾ ਚਾਹੁੰਦਾ ਕਿ ਇਸ ਜਿਹੜੇ ਆ ਸ਼ਖਸ਼ ਦਾ ਜਿਹੜਾ ਸਾਨੂੰ ਜਿਹੜਾ ਪਤਾ ਦਿੱਤਾ ਜਾਵੇ ਵਾਲਮੀਕੀ ਐਕਸ਼ਨ ਫੋਰਸ ਜਿਹੜੀ ਪੰਜਾਬ ਇਸ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕਰਾਊਗਾ ਕਿਉਂਕਿ ਇਸ ਨੇ ਜਿਹੜਾ ਇੱਕ ਕੁੱਤੇ ਦਾ ਜਿਹੜਾ ਕਤਲ ਕੀਤਾ ਆ ਔਰ ਇਸ ਘਟਨਾ ਬਾਰੇ ਜਿਹੜੀ ਜਾਣਕਾਰੀ ਆ ਉਹ ਸਾਡੇ ਜਿਹੜੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਦਿਓ। ਸਾਡਾ ਨੰਬਰ ਹੈਗਾ 9780312392। ਸੋ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਸੰਵਿਧਾਨ ਦਾਇਰੇ ਦੇ ਵਿੱਚ ਰਹਿ ਕੇ ਜਿੱਥੇ ਇਨਸਾਨ ਕੋਈ ਗਲਤੀ ਕਰਦਾ ਆ ਕੋਈ ਕਤਲ ਕਰਦਾ ਆ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ ਚਾਹੇ ਉਹ ਕਿਸੇ ਦਾ ਵੀ ਹੋਵੇ। ਇਸ ਵਿਅਕਤੀ ਨੂੰ ਵੀ ਅਸੀਂ ਜਿਹੜਾ ਕੁੱਤੇ ਨੂੰ ਜਿਹੜਾ ਕਤਲ ਕਰਨ ਦੀ ਜਿਹੜੀ ਆ ਧਾਰਾਵਾਂ ਲਵਾ ਕੇ ਇਸ ਨੂੰ ਜਿਹੜੀ ਸਜ਼ਾ ਦਵਾਵਾਂਗੇ। ਵਾਲਮੀਕੀ ਐਕਸ਼ਨ ਫੋਰਸ ਕਿਸੇ ਵੀ ਹੱਦ ਤਾਈਂ ਜਿਹੜਾ ਆ ਇਸ ਬੰਦੇ ਨੂੰ ਜਿਹੜਾ ਲੱਭੂਗੀ। ਔਰ ਮੈਂ ਵੀਰਾਂ ਨੂੰ ਇਹੋ ਵੀ ਅਪੀਲ ਕਰਦਾ ਕਿ ਜਿੱਥੇ ਵੀ ਇਸ ਬੰਦੇ ਦਾ ਪਤਾ ਆ ਉਹ ਸਾਡੇ ਤੱਕ ਜ਼ਰੂਰ ਪਹੁੰਚਾਇਆ ਜਾਵੇ ਤਾਂ ਜੋ ਇਸ ਵਿਅਕਤੀ ਦੇ ਉੱਤੇ ਜਿਹੜਾ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਰਿਹਾ ਜਿਹੜਾ ਇਸ ਬੇਨੌਜਵਾਨ ਕੁੱਤੇ ਦਾ ਕਤਲ ਕਰ ਰਿਹਾ ਉਹ ਉਸਨੇ ਇੱਕ ਮਿੰਟ ਵੀ ਜਿਹੜਾ ਆ ਬੇਰਹਿਮੀ ਵਾਲਾ ਰੁੱਖ ਨਹੀਂ ਦਿਖਾਇਆ ਔਰ ਇਸ ਕੁੱਤੇ ਨੂੰ ਜਿਹੜਾ ਸ਼ਰੇਆਮ ਕਤਲ ਕੀਤਾ। ਸੋ ਮੈਂ ਸਭ ਨੂੰ ਬੇਨਤੀ ਕਰਦਾ ਜੋ ਵੀ ਇਸ ਸ਼ਖਸ ਦਾ ਜਿਹੜਾ ਪਤਾ ਜਾਣਦਾ ਉਹ ਸਾਨੂੰ ਸਾਡੇ ਨੰਬਰ ਦੇ ਉੱਤੇ ਜਿਹੜਾ ਸੰਪਰਕ ਕਰੇ। ਵਾਲਮੀਕੀ ਐਕਸ਼ਨ ਫੋਰਸ ਪੰਜਾਬ ਜਿਹੜਾ ਇਸ ਦੇ ਉੱਤੇ ਸਖਤ ਐਕਸ਼ਨ ਲਵੇਗੀ ਔਰ ਇਸ ਦੇ ਉੱਤੇ ਜਿਹੜੀ ਬਣਦੀਆਂ ਸੰਵਿਧਾਨਕ ਦਾਇਰੇ ਦੇ ਵਿੱਚ ਬਣਦੀਆਂ ਧਾਰਾਵਾਂ ਦੇ ਸਹਿਤ ਜਿਹੜਾ ਇਸ 'ਤੇ ਜਿਹੜਾ ਕਤਲ ਦਾ ਪਰਚਾ ਦਰਜ ਕਰਾਊਗੀ। ਜੈ ਭੀਮ ਜੈ ਪਾਰਥ ਜੈ ਵਾਲਮੀਕੀ ਹਰ ਹਰ ਵਾਲਮੀਕੀ।